ਤੇ ਫਾਈਨਲੀ ਦੋਸਤੋ ਅੱਜ ਗੱਲ ਕਰਦੇ ਹਾਂ ਸੁੱਚਾ ਸੂਰਮਾ ਦੇ 7 ਦਿਨਾਂ ਦੇ ਬਾਕਸ ਆਫਿਸ ਕਲੈਕਸ਼ਨ ਦੀ, ਅਰਦਾਸ 3 ਦੇ 14 ਦਿਨਾਂ ਦੇ ਬਾਕਸ ਆਫਿਸ ਕਲੈਕਸ਼ਨ ਦੀ, ਬੀਬੀ ਰਜਨੀ ਦੇ 28 ਦਿਨਾਂ ਦੇ ਬਾਕਸ ਆਫਿਸ ਕਲੈਕਸ਼ਨ, ਔਰ ਸ਼ੁਕਰਾਨਾ ਦੇ ਓਪਨਿੰਗ ਡੇ ਦੇ ਬਾਕਸ ਆਫਿਸ ਕਲੈਕਸ਼ਨ ਦੀ ਕਿ ਫਿਲਮ ਕਿਤਨਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕਰ ਰਹੀਆਂ ਹਨ। ਪਹਿਲਾਂ ਗੱਲ ਕਰਦੇ ਹਾਂ ਅਰਦਾਸ 3 ਦੇ ਬਾਕਸ ਆਫਿਸ ਕਲੈਕਸ਼ਨ ਦੀ, ਜਿਸ ਨੇ ਇੰਡੀਆ ਦੇ ਅੰਦਰੋਂ ਆਪਣੇ 14 ਦਿਨਾਂ ਦੇ ਅੰਦਰ 11 ਕਰੋੜ ਤੇ 60 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਹੈ, ਔਰ ਓਵਰਸੀਜ਼ ਦੇ ਅੰਦਰੋਂ 23 ਕਰੋੜ ਤੇ 70 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਹੈ। ਇਸ ਤਰ੍ਹਾਂ ਇੰਡੀਆ ਦਾ ਔਰ ਓਵਰਸੀਜ਼ ਦਾ ਦੋਹੇ ਅਗਰ ਜਮ੍ਹਾਂ ਕਰ ਲਈਏ ਤੇ ਵਰਲਡ ਵਾਈਡ ਇਸ ਫਿਲਮ ਨੇ 35 ਕਰੋੜ ਤੇ 30 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕਰ ਲਿਆ ਹੈ ਵਰਲਡ ਵਾਈਡ। ਜਦਕਿ ਇਸ ਮੂਵੀ ਦਾ ਜਿਹੜਾ ਬਜਟ ਹੈ 8 ਕਰੋੜ ਰੁਪਈਆ, ਤੇ ਉਸ ਨੂੰ ਦੇਖਦਿਆਂ ਹੋਇਆ ਫਿਲਮ ਸੁਪਰ ਹਿੱਟ ਹੋ ਚੁੱਕੀ ਹੈ, ਬਲਾਕਬਾਸਟਰ ਯਾਦ ਰੱਖਿਓ ਹਜੇ ਤੱਕ ਫਿਲਮ ਨਹੀਂ ਹੈ। ਬੀਬੀ ਰਜਨੀ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਦੱਸੀਏ ਕਿ ਇਸ ਫਿਲਮ ਨੂੰ ਸਿਨੇਮਿਆਂ ਦੇ ਅੰਦਰ ਲੱਗਿਆ ਹੋਇਆ ਹੋ ਗਏ ਨੇ 28 ਦਿਨ, ਔਰ ਇਸ ਫਿਲਮ ਨੇ ਇੰਡੀਆ ਦੇ ਅੰਦਰੋਂ ਆਪਣੇ 28 ਦਿਨਾਂ ਦੇ ਅੰਦਰ 17 ਕਰੋੜ ਤੇ 90 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਹੈ, ਔਰ ਓਵਰਸੀਜ਼ ਦੇ ਅੰਦਰ 14 ਕਰੋੜ ਤੇ 70 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਹੈ। ਇੰਡੀਆ ਦਾ ਔਰ ਓਵਰਸੀਜ਼ ਦਾ ਦੋਹੇ ਬਾਕਸ ਆਫਿਸ ਕਲੈਕਸ਼ਨ ਜਮ੍ਹਾਂ ਕਰ ਲਈਏ, ਸਾਨੂੰ ਦੱਸੀਏ ਵਰਲਡ ਵਾਈਡ ਇਸ ਫਿਲਮ ਨੇ 30 ਕਰੋੜ ਤੇ 60 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕਰ ਲਿਆ ਹੈ। ਮੂਵੀ ਦਾ ਜਿਹੜਾ ਬਜਟ ਹੈ ਉਹ ਹੈ 4 ਕਰੋੜ ਰੁਪਈਆ, ਤੇ ਉਸ ਨੂੰ ਦੇਖਦਿਆਂ ਹੋਇਆ ਫਿਲਮ ਆਲ ਟਾਈਮ ਬਲਾਕਬਾਸਟਰ ਹੋ ਚੁੱਕੀ ਹੈ। ਦੋਹੇ ਫਿਲਮਾਂ ਹੁਣ ਵੀ ਬਹੁਤ ਅੱਛਾ ਪੰਜਾਬੀ ਸਿਨੇਮਿਆਂ ਦੇ ਅੰਦਰ ਬਾਕਸ ਆਫਿਸ ਕਲੈਕਸ਼ਨ ਇਕੱਠਾ ਕਰ ਰਹੀਆਂ ਹਨ, ਔਰ ਨਾਨ ਸਟਾਪੇਬਲ ਜਿਹੜਾ ਹੈ ਨਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕਰਦੀਆਂ ਜਾ ਰਹੀਆਂ ਹਨ। ਸਭ ਤੋਂ ਵੱਡਾ ਨੁਕਸਾਨ ਸੁੱਚਾ ਸੂਰਮਾ ਨੂੰ ਹੋਇਆ ਹੈ, ਜਿਸ ਨੇ ਸਟਾਰਟਿੰਗ ਤੇ ਬਹੁਤ ਅੱਛੀ ਲਈ ਸੀ, ਉਸ ਤੋਂ ਬਾਅਦ ਇਸ ਦਾ ਡਰੌਪ ਡਾਊਨ ਸ਼ੁਰੂ ਹੋਇਆ ਹੈ, ਕਿਉਂਕਿ ਇਹ ਫਿਲਮਾਂ ਬਹੁਤ ਹਾਈ ਗ੍ਰੇਸ ਤੇ ਚੱਲ ਰਹੀਆਂ ਹਨ। ਬੀਬੀ ਰਜਨੀ ਔਰ ਅਰਦਾਸ 3 ਸੂਰਮਾ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਐਡਵਾਂਸ ਹੀ ਉਹ ਵੈਬਸਾਈਟਾਂ ਦੱਸ ਦੇਣਾ ਹਾਂ ਜਿਨ੍ਹਾਂ ਤੋਂ ਮੈਂ ਬਾਕਸ ਆਫਿਸ ਕਲੈਕਸ਼ਨ ਚੈੱਕ ਕੀਤਾ ਹੈ, ਤਾਂ ਕਿ ਇੱਕ ਅਥੈਂਟਿਕ ਦੀ ਮੋਹਰ ਲੱਗ ਜਾਵੇ ਔਰ ਤੁਸੀਂ ਖੁਦ ਵੀ ਉਸ ਤੋਂ ਜਾ ਕੇ ਚਾਹੋ ਤੇ ਚੈੱਕ ਕਰ ਸਕਦੇ ਹੋ। pinkvilla.com, currentserial.com ਮੌਜੂਦ ਦੇ ਉੱਤੇ ਵੀ ਸੁੱਚਾ ਸੂਰਮਾ ਦਾ ਬਾਕਸ ਆਫਿਸ ਕਲੈਕਸ਼ਨ ਆ ਗਿਆ ਹੈ। ਉਸ ਦੇ ਮੁਤਾਬਕ ਇੰਡੀਆ ਦੇ ਅੰਦਰੋਂ ਆਪਣੇ ਪਹਿਲੇ 6 ਦਿਨਾਂ ਦੇ ਅੰਦਰ 4 ਕਰੋੜ ਤੇ 80 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਹੈ। ਇਸ ਦੇ ਅੰਦਰੋਂ ਇਸ ਫਿਲਮ ਨੇ 3 ਕਰੋੜ ਤੇ 90 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਹੈ। ਇਸ ਤਰ੍ਹਾਂ ਇੰਡੀਆ ਓਵਰਸੀਜ਼ ਦਾ ਦੋਹੇ ਬਾਕਸ ਆਫਿਸ ਕਲੈਕਸ਼ਨ ਇਕੱਠੇ ਕਰ ਲਈਏ ਤੇ ਵਰਲਡ ਵਾਈਡ ਇਸ ਫਿਲਮ ਨੇ 8 ਕਰੋੜ ਤੇ 70 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕਰ ਲਿਆ ਹੈ ਆਪਣੇ 6 ਦਿਨਾਂ ਦੇ ਅੰਦਰ। 7ਵੇਂ ਦਿਨ ਦਾ ਬਾਕਸ ਆਫਿਸ ਕਲੈਕਸ਼ਨ ਵਿੱਚ ਸ਼ਾਮਿਲ ਕਰੀਏ ਜਿਹੜਾ ਕਿ ਐਸਟੀਮੇਟਡ ਹੈ, ਤੇ ਇਹ ਫਿਲਮ ਫਿਰ 10 ਕਰੋੜ ਨੂੰ ਕ੍ਰਾਸ ਕਰਦੀ ਹੈ। ਇਸ ਮੂਵੀ ਦਾ ਜਿਹੜਾ ਬਜਟ ਹੈ ਉਹ ਹੈ 8 ਕਰੋੜ ਰੁਪਈਆ, ਤੇ ਉਸ ਨੂੰ ਦੇਖਦਿਆਂ ਹੋਇਆ ਫਿਲਮ ਐਵਰੇਜ ਹੋ ਚੁੱਕੀ ਹੈ। ਮੇਬੀ ਜਿਹੜਾ ਨੈਕਸਟ ਵੀਕ ਆ ਰਿਹਾ ਹੈ, ਜਿਹੜਾ ਸਟਾਰਟ ਹੋ ਰਿਹਾ ਹੈ, ਉਸ ਦੇ ਉੱਤੇ ਇਹ ਫਿਲਮ ਜ਼ਰੂਰ ਜੰਪ ਮਾਰੇਗੀ। ਤੁਹਾਡਾ ਕੀ ਖਿਆਲ ਹੈ ਕਮੈਂਟ ਬਾਕਸ ਦੇ ਅੰਦਰ ਜ਼ਰੂਰ ਦੱਸਣਾ ਕਿ ਫਿਲਮ ਕਿਤਨਾ ਬਾਕਸ ਆਫਿਸ ਕਲੈਕਸ਼ਨ ਟੋਟਲ ਇਕੱਠਾ ਕਰੇਗੀ। ਸ਼ੁਕਰਾਨਾ ਫਿਲਮ ਦੀ ਅਗਰ ਗੱਲ ਕਰੀਏ, ਬਾਜਵਾ ਸਾਹਿਬਾ, ਜਸ ਬਾਜਵਾ ਸਾਹਿਬ, ਅਮਰਜੀਤ ਸਿੰਘ ਤੁਹਾਨੂੰ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਆ। ਇੱਕ ਫੈਮਿਲੀ ਮੈਟਰ ਦੇ ਉੱਤੇ ਆਮ ਜਿਹੜੇ ਫੈਮਿਲੀਆਂ ਦੇ ਅੰਦਰ ਮਸਲੇ ਚੱਲ ਰਹੇ ਹੁੰਦੇ ਆ, ਉਸ ਦੇ ਉੱਤੇ ਬਣਾਈ ਗਈ ਹੈ। ਨੀਰ ਬਾਜਵਾ ਸਾਹਿਬਾ ਦੀ ਵੀ ਜਿਹੜੀ ਫੈਨ ਫਾਲੋਇੰਗ ਹੈ ਬਹੁਤ ਹਾਈ ਹੈ, ਇਸ ਕਰਕੇ ਸੁੱਚਾ ਸੂਰਮਾ ਨੇ ਉਸ ਨੂੰ ਬੀਟ ਕਰਕੇ ਉੱਪਰ ਆਣਾ ਬਹੁਤ ਅੱਛਾ ਮੁਕਾਬਲਾ ਵੇਖਣ ਕਨੀ ਮਿਲ ਸਕਦਾ ਹੈ। ਅਗਰ ਮੂਵੀ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ, ਤੁਹਾਨੂੰ ਦੱਸੀਏ ਫਿਲਮ ਆਪਣੇ ਓਪਨਿੰਗ ਡੇ ਦੇ ਉੱਤੇ 1 ਤੋਂ 1.5 ਕਰੋੜ ਰੁਪਇਆ ਵਰਲਡ ਵਾਈਡ ਕਮਾ ਸਕਦੀ ਹੈ। ਸਾਰੀਆਂ ਫਿਲਮਾਂ ਦੇ ਵਿੱਚ ਤੁਹਾਡੀ ਕਿਹੜੀ ਹੈ ਫੇਵਰੇਟ, ਅਰਦਾਸ 3, ਸੁੱਚਾ ਸੂਰਮਾ, ਬੀਬੀ ਰਜਨੀ, ਜਾਂ ਫਿਰ ਤੁਹਾਨੂੰ ਪਸੰਦ ਲੱਗਦੀ ਹੈ ਸ਼ੁਕਰਾਨਾ? ਕਮੈਂਟ ਬਾਕਸ ਦੇ ਅੰਦਰ ਜ਼ਰੂਰ ਦੱਸਣਾ।